ਉਸ ਵਿੱਚ ਜੀ ਮਜ਼ਦੂਰੀ ਕਰਨ ਤੇ ਬਹਿ ਗਿਆ ਬੈਠ ਬੈਠੇ ਕੰਮ ਕਰਦਾ ਹੁੰਦਾ ਹੀ ਕੋਈ ਨਹੀਂ ਸੀ ਜੀ ਬੱਚਿਆਂ ਵਾਸਤੇ ਰੋਜ਼ੀ ਕਮਾਉਣ ਵਾਸਤੇ ਜੀ ਕੋਈ ਜ਼ਰੀਆ ਹੀ ਨਹੀਂ ਨਾ ਗੁੰਜਾਇਸ਼ ਹੈ ਮੇਰੇ ਕੋਲ ਲੱਤ ਲਵਾਉਣ ਦੀ ਦੋਸਤ ਬਿਰਾਨ ਦੱਸਿਆ ਵੀ ਟੀ ਐਚ ਦਾ ਇਦਾਰਾ ਹੈ ਜੀ ਵੀ ਉੱਥੇ ਵਗ ਜਾ ਅਤੇ ਲੱਤ ਫਰੀ ਹੋ ਜਾਸੀ ਜੀ ਮੁੜ ਮੈਂ ਇੱਥੇ ਇਹਨਾਂ ਦੇ ਕੋਲ ਆਇਆ ਇਹਨਾਂ ਮੇਰੇ ਕੋਲ ਕਾਗਜ਼ ਕਾਗਜ਼ ਮੰਗੇ ਵਿਆਹ 'ਚ ਲਾਇਆ ਮੈਂ ਉਹ ਕਾਗਜ਼ ਲਿਆ ਕੇ ਇਹਨਾਂ ਨੂੰ ਦਿੱਤੇ ਜਾਣ ਉਸ ਤੋਂ ਬਾਅਦ ਜੀ ਮੇਰੀ ਲੱਤ ਇਹਨਾਂ ਨੇ ਫਰੀ ਲਵਾ ਦਿੱਤੀ ਮੇਰੀ ਜੀ ਲੱਤ ਲੱਗ ਗਈ ਜੀ ਮੈਂ ਜੋ ਕੰਮ ਕਾਰ ਜੋਗਾ ਜੀ ਹੋ ਪਿਆ ਬੱਚਿਆਂ ਦੀ ਮਜ਼ਦੂਰੀ ਕਮਾਉਣ ਜੋਗਾ ਹੋ ਪਿਆ ਮੈਂ ਇਸ ਲੱਤ ਲਵਾ ਕੇ ਇਹਨਾਂ ਸਾਹਮਣੇ ਆਇਆ ਤੋਰ ਫਿਰ ਲੈਣਾ ਚੰਗਾ ਬਿਹਤਰੀਨ ਹੁਣ ਮੈਂ ਇਹਨਾਂ ਦਾ ਜੀ ਸ਼ੁਕਰੀਆ ਅਦਾ ਕਰਨ ਆਇਆ ਇਸ ਇਦਾਰੇ ਦਾ ਇਸ ਇਦਾਰੇ ਦੇ ਜੋ ਮਿੰਬਰਾਨ ਹੈ ਉਹ ਸਭ ਦਾ ਸ਼ੁਕਰੀਆ ਅਦਾ ਕਰਨਾ ਕਿ ਮੇਰੇ ਗਰੀਬ ਦਿਲ ਨੇ ਲੱਤ ਲਵਾਈ ਹੈ ਫਰੀ ਕੋਈ ਪੈਸਾ ਨਹੀਂ ਕੋਈ ਪਾ ਨਹੀਂ ਇੱਕ ਰੁਪਈਆ ਵੀ ਨਹੀਂ ਲਿਆ